ਜੀ ਤੁਹਾਡੇ ਗਾਂ ਕਿੰਨੇ ਚੇਲੇ ਆ? ਮੇਰੇ ਪੁੱਛੋ ਹੀ ਨਾ ਭਾਅ ਜੀ, ਹੁਣ ਕੀ ਦੱਸਾਂ ਤੁਹਾਨੂੰ। 800 ਚੇਲਾ ਜੀ ਮੇਰਾ ਪੁੱਤਰ ਭਾਈ। 800 ਤੇ ਆਪਾਂ ਲੈਣ ਦੇਣ ਕੀ ਕਰਦੇ ਆ? ਲੈਣ ਦੇਣ ਜੀ ਸਿੰਪਲ ਆ ਮੇਰਾ। ਹਾਂਜੀ, ਜਿੱਦਾਂ ਅਸੀਂ 1100 ਰੁਪਈਆ ਜੀ ਤੇ ਪਗੜੀ, ਹਾਂਜੀ ਤੇ ਮਠਿਆਈ ਦਾ ਡੱਬਾ, ਹਾਂਜੀ ਇਹੀ ਆ। ਤੇ ਬਾਕੀ ਗੁਰ ਭਾਈਆਂ ਨੂੰ ਜੋ ਉਹਦੀ ਖੁਸ਼ੀ ਹੁੰਦੀ ਆ, ਕੋਈ 200 ਦੇਣ ਦਾ, ਕੋਈ 100 ਦੇਣ ਦਾ, ਕੋਈ 50 ਦੇਣ ਦਾ, ਕੋਈ 20 ਰੁਪਈਏ ਵੀ ਦੇਣ ਦਾ, 10 ਰੁਪਈਏ ਵੀ ਦੇ ਦਿੱਤਾ। ਅੱਜ ਕੱਲ੍ਹ ਤਾਂ ਜੀ ਲੱਖਾਂ ਰੁਪਈਆ ਚੱਲਦਾ। ਨਹੀਂ ਉਹ ਤਾਂ ਜੀ ਧੱਸਮਬਾਜ਼ੀ ਆ, ਮੈਂ ਨਹੀਂ ਉਹ ਚੀਜ਼ ਨੂੰ ਮੰਨਦਾ। ਕਬੂਤਰਬਾਜ਼ੀ ਪਿਆਰ ਦੀ ਚੀਜ਼ ਆ, ਇਹ 'ਚ ਗਰੀਬ ਮੀਰ ਨਹੀਂ ਦੇਖਿਆ ਜਾਂਦਾ। ਇਹ ਜਿਹੜਾ ਪਿਆਰ ਦਾ ਸ਼ੌਂਕ ਆ, ਇਹ ਪਿਆਰ ਨਾਲ ਵੰਡੋ। ਇਹ ਨਹੀਂ ਦੇਖਣਾ ਆਪਾਂ 1 ਲੱਖ ਰੁਪਈਆ ਮੋਟਰਸਾਈਕਲ ਦਿੰਦੇ ਆ ਅਤੇ 1 ਲੱਖ ਰੁਪਈਆ ਤੁਹਾਡਾ ਉਸਤਾਦੀ ਸ਼ੀਰ ਦੇ ਲੈ ਲੈਂਦੇ ਆ ਜੀ ਜੀ। ਪਰ ਉਹ ਤਾਂ ਨਜਾਇਜ਼ ਹੁੰਦੀ ਨਾ, ਕਬੂਤਰ ਖਿਡਾਰੀ ਨੇ ਵਿਚਾਰੇ ਨੇ ਪੈਸੇ ਕਿੱਥੋਂ ਇਕੱਠੇ ਕਰਨੇ ਹੁੰਦੇ ਆ? ਉਹ ਤਾਂ ਅੱਗੇ ਮਾਤਰ ਹੁੰਦਾ, ਗਰੀਬ ਬੰਦਾ ਹੁੰਦਾ। ਅਤੇ ਕਬੂਤਰ ਖਿਡਾਰੀ ਵੀ ਕਹੀਏ ਇਹ ਗੱਲ ਕਹਿੰਦੇ ਜੀ ਅਸੀਂ ਤਾਂ 1 ਲੱਖ ਰੁਪਇਆ ਦੇ ਕੇ ਗੇਮ ਲੈ ਲਾਂਗੇ। ਉਹ ਗੇਮ ਨਹੀਂ ਮਿਲਦੀ ਜੀ, ਇਹ ਵੀ ਗੱਲ ਸੁਣ ਲਾ ਮੇਰੀ ਗੱਲ। ਹਾਂਜੀ, ਇਹ ਗੇਮਾਂ ਨਹੀਂ ਐਡੀ ਛੇਤੀ ਮਿਲਦੀਆਂ ਜੀ ਜੀ। ਇੱਥੇ ਜ਼ਿੰਦਗੀਆਂ ਲੰਘ ਜਾਂਦੀਆਂ ਸਾਰੀਆਂ ਅਤੇ ਫਿਰ ਜਾ ਕੇ ਗੇਮ ਦਿੰਦੇ ਆ ਉਸਤਾਦ। ਉਸਤਾਦ ਇੱਕ ਲੋਕਾਂ ਨੂੰ ਬੁੱਧੂ ਬਣਾਉਂਦੇ ਆ। ਠੀਕ ਹੈ ਜੀ। ਗੇਮ ਤਾਂ ਬੰਦਾ ਉਹ ਜਿਹੜਾ ਕੂੜਾ ਚੱਕਣ ਵਾਲਾ ਹੁੰਦਾ ਨਾ ਸੜਕ 'ਤੇ ਬੈਠਾ, ਉਹਦੇ ਕੋਲ ਗੇਮ ਮਿਲ ਜਾਂਦੀ ਹੈ, ਹਾਸਲ ਸਾਰੀ ਕਰ ਲਈ ਦੀ ਹੈ। ਠੀਕ ਹੈ ਜੀ। ਨਹੀਂ ਅੱਜ ਕੱਲ੍ਹ ਤਾਂ ਜੀ ਇਹ ਆਮ ਗੱਲਾਂ ਚੱਲਦੀਆਂ ਨੇ। ਅਗਲਾ ਕਹਿੰਦਾ ਜੀ ਮੈਂ ਉਹਨੂੰ 1 ਲੱਖ ਰੁਪਇਆ ਦੇ ਦਾਂ, ਮੈਂ ਗੇਮ ਲੈ ਲੈਣੀ ਆ, ਮੇਰਾ ਕੀ ਆ? ਭਾਅ ਜੀ ਇਹ ਤੁਹਾਡੀ ਗਲਤ ਗੱਲ ਆ, ਤੁਸੀਂ 1 ਲੱਖ ਰੁਪਇਆ ਦੇ ਕੇ ਮੈਨੂੰ ਗੇਮ ਲੈ ਦਿਓ ਜੇ ਮਿਲਦੀ ਹੈ। ਅੱਛਾ ਜੀ, ਮੈਂ ਚੈਲੰਜ ਕਰਦਾ ਕੋਈ 1 ਲੱਖ ਰੁਪਇਆ ਦੇ ਕੇ ਗੇਮ ਦੇ ਦੇ, ਮੈਂ ਮੰਜੂਗਾ ਵੀ ਉਹ ਗੇਮ ਦਿੰਦਾ ਵਾ। ਫਿਰ ਉਹ ਤਾਂ ਬੰਦੇ ਨੂੰ ਤੁਸੀਂ ਪੈਸਿਆਂ ਦਾ ਖਰੀਦਦੇ ਆ। ਮੇਰੇ ਤਾਂ ਬੰਦਾ ਪੈਸੇ ਕਿਉਂ ਦਿੰਦੇ ਇੰਨੇ ਉਸਤਾਦਾਂ ਨੂੰ? ਉਹ ਮੈਂ ਹੁਣ ਕਹਿ ਨਹੀਂ ਸਕਦਾ ਭਾਅ ਜੀ, ਨਹੀਂ ਮੈਂ ਬੋਲਣਾ ਚਾਹੁੰਦਾ ਫਿਰ ਲੋਕ ਉਲਟ ਪੁਲਟ ਬੋਲਣ ਲੱਗ ਜਾਂਦੇ। ਮੈਂ ਤੁਹਾਨੂੰ ਉਹ ਵੀ ਬੋਲ ਕੇ ਦੱਸ ਦੂੰ, ਇਕੱਲੇ ਦੀ ਮੇਰੇ ਇੰਟਰਵਿਊ ਕਰਨਾ ਅੱਗੇ ਅਤੇ ਮੈਂ ਉਹ 'ਚ ਵੀ ਸਭ ਕੁਝ ਦੱਸ ਦੂੰਗਾ। ਅੱਗੇ ਪਾਇਆ ਹੋਇਆ ਵਾ ਮੇਰੀ ਯੂਟਿਊਬ 'ਤੇ, ਦੇਖ ਲਈ ਉਹ ਵੀਡੀਓ, ਚੱਲਦੀਆਂ ਬਹੁਤ। ਠੀਕ ਹੈ ਜੀ। ਨਹੀਂ ਮੈਂ ਤਾਂ ਉਹ ਵੈਸੇ ਪੁੱਛਣਾ ਚਾਹੁੰਦਾ ਸੀਗਾ ਵੀ ਜੀ, ਜਿਹੜੇ ਆਪਾਂ ਮੰਨ ਕੇ ਚੱਲੋ ਆਪਾਂ ਕਿਸੇ ਨੂੰ ਪੈਸੇ ਦੇ ਦਿੰਦੇ ਹਾਂ 1 ਲੱਖ ਰੁਪਇਆ ਦੇ ਦਿੰਦੇ ਹਾਂ ਅਤੇ ਅਗਲਾ ਕਹਿ ਦਿੰਦਾ ਜੀ ਮੈਂ ਤਾਂ 1 ਲੱਖ ਰੁਪਇਆ ਦੇ ਕੇ ਉਹ ਤੋਂ ਗੇਮ ਲੈ ਲਈ, ਅਤੇ ਮੈਂ ਉਹਦੇ ਬਾਰੇ ਪੁੱਛਣਾ ਚਾਹੁੰਦਾ ਸੀ ਵੀ ਇਹ ਗੱਲ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ? ਨਹੀਂ ਕਰਨੀ ਚਾਹੀਦੀ ਭਾਅ ਜੀ, ਜਿਹੜਾ ਉਸਤਾਦ ਸਿਆਣਾ ਵਾ ਉਹ ਤਾਂ ਇਹੋ ਜਿਹੀ ਨਹੀਂ ਗੱਲ ਕਰਦਾ। ਠੀਕ ਹੈ ਜੀ। ਜਿਹੜਾ ਉਸਤਾਦ ਬਹੁਤ ਹੰਡਿਆ ਆ ਵਾ, ਅੱਜ ਕੱਲ੍ਹ ਜਿਹੜੇ ਉਸਤਾਦ ਬਣਦੇ ਆ ਉਹ ਫਟਾਫਟ ਦਿੰਦੇ ਆ ਜੀ, ਉਹ ਜਿੱਦਾਂ ਕਹਿੰਦੇ ਮੁੰਡਾ ਵੀ ਦੇ ਦਿੰਦੇ, ਕੁੜੀ ਵੀ ਦੇ ਦਿੰਦੇ ਆ। ਠੀਕ ਹੈ ਜੀ। ਅਤੇ ਉਹ ਗੱਲ ਨਹੀਂ ਹੋਣੀ ਚਾਹੀਦੀ। ਗੇਮ ਜਿਹੜੀ ਲੈਣੀ ਬਹੁਤ ਔਖੀ ਆ, ਮੈਂ ਤੁਹਾਨੂੰ ਦੱਸਦਾ ਇਹ ਲੋਕਾਂ ਦੇ ਫਰੋਡਬਾਜ਼ੀਆਂ ਬਹੁਤ ਆ, ਉਹ ਨਹੀਂ ਮੈਂ ਫਰੋਡਬਾਜ਼ੀਆਂ ਚਾਹੁੰਦਾ। ਜੇ ਗੇਮ ਲੈਣੀ ਆ ਤੁਸੀਂ ਪਿਆਰ ਦੇ ਨਾਲ ਉਸਤਾਦ ਦੇ ਕੋਲ ਇੱਜ਼ਤ ਕਰੋ, ਮਾਣ ਕਰੋ ਉਹਦਾ, ਉਹ ਗੇਮ ਤੁਹਾਨੂੰ ਉਸਤਾਦ ਸਾਰੀ ਦੇ ਦੂੰਗਾ। ਅੱਜ ਕੱਲ੍ਹ ਉਸਤਾਦਾਂ ਦਾ ਵੀ ਇਹ ਕਹਿਣਾ, ਕਹਿੰਦੇ ਸੀ ਪੈਸੇ ਤਾਂ ਲੈਂਦੇ ਸਾਡੇ ਚੇਲੇ, ਲੱਤ ਮਾਰ ਕੇ ਤੁਰ ਜਾਂਦੇ ਆ। ਨਹੀਂ ਨਹੀਂ, ਤਾਂ ਫਿਰ ਤੁਸੀਂ ਚੇਲੇ ਨੂੰ ਜੋ ਖਰੀਦ ਲਿਆ ਤੁਸੀਂ ਤਾਂ ਮਤਲਬ 1 ਲੱਖ ਰੁਪਇਆ ਦੇ ਕੇ ਉਹਨੂੰ ਤੁਹਾਡਾ ਜ਼ਰੂਰ ਬਣਾਤਾ, ਉਹਨੂੰ ਚੇਲਾ ਬਣਾਤਾ, ਕਾਹਦਾ ਬਣਾਤਾ? ਨਹੀਂ ਚੱਕਰ ਇਹ ਵੀ ਹੈ ਨਾ ਜੀ, ਕਈ ਚੇਲੇ ਵੀ ਅੱਜ ਕੱਲ੍ਹ ਇੱਦਾਂ ਦੇ ਜਿਹੜੇ ਲੱਤਾਂ ਮਾਰ ਕੇ ਤੁਰ ਜਾਂਦੇ ਲੋਕਾਂ ਦੇ। ਨਹੀਂ ਜੀ, ਉਹ ਫਿਰ ਚੇਲੇ ਗਰਦਾਰ ਹੀ ਹੁੰਦੇ ਆ ਨਾ ਜਿਹੜੇ ਇੱਦਾਂ ਕਰਦੇ ਆ। ਜਿਹੜਾ ਉਸਤਾਦ ਦੀ ਇੱਜ਼ਤ ਕਰੂੰਗਾ ਨਾ ਸਭ ਕੁਛ ਪਾਜੂਗਾ ਦੁਨੀਆ ਦਾ। ਹੁਣ ਮੰਨ ਕੇ ਚੱਲੋ ਕਿਸੇ ਕੋਲ ਕੋਈ, ਮੰਨ ਕੇ ਚੱਲੋ ਮੇਰੇ ਕੋਲ ਕੁਛ ਵੀ ਹੈ ਨੀਗਾ, ਮੇਰਾ ਕੋਈ ਚੇਲਾ ਬਣ ਗਿਆ, ਬਿਲਕੁਲ ਬਿਲਕੁਲ ਇੱਜ਼ਤ ਤਾਂ ਉਹਦੀ ਵੀ ਕਰਨੀ ਚਾਹੀਦੀ ਹੈ ਕਹਿੰਦੇ। ਮੈਂ ਜਿਹਨੂੰ ਆਪਾਂ ਗੁਰੂ ਮੰਨ ਲਿਆ ਤਾਂ ਗੁਰੂ ਬਹੁਤ ਵੱਡੀ ਚੀਜ਼ ਹੁੰਦੀ ਆ। ਭਾਅ ਜੀ ਮੈਂ ਪਹਿਲਾਂ ਗੱਲ ਕੀਤੀ ਤੁਹਾਡੇ ਨਾਲ, ਝਾੜੂ ਫੇਰਨ ਵਾਲਾ ਵੀ ਗੁਰੂ ਆ। ਹਾਂਜੀ, ਉਹਦੇ ਕੋਲ ਸਾਰਾ ਸਿੱਖ ਜਾਂਦੇ ਆ ਆਪਾਂ। ਇੱਕ ਬਈਆ ਯੂਪੀ ਚੋਂ ਆਉਂਦਾ ਵਾ ਜੀ ਜੀ, ਉਹਨੂੰ ਆਪਾਂ ਘਰ ਕੰਮ ਕਰਾਉਂਦੇ ਹਾਂ ਜੀ, ਉਹਦੇ ਕੋਲ ਸਾਰਾ ਕੰਮ ਲੈਂਦੇ ਹਾਂ ਨਾ ਆਪਾਂ, ਲੈਂਦੇ ਹਾਂ ਜੀ। ਉਹਦੇ ਕੋਲ ਮੈਂ ਕਈ ਗੁਣ ਸੁੱਕ ਜਾਂਦਾ, ਕਿਉਂ ਉਹ ਕਬੂਤਰਬਾਜ਼ੀ ਕਰਦਾ ਹੁੰਦਾ ਯੂਪੀ 'ਚ, ਮੈਨੂੰ ਨਹੀਂ ਪਤਾ ਕਰਦਾ, ਮੈਂ ਉਹ ਕੋਲ ਸਾਰੇ ਗੁਣ ਲੈ ਲੈਂਦਾ। ਸਹੀ ਗੱਲ। ਹੁਣ ਮੇਰੀ ਉਸਤਾਦੀਆਂ ਦੇ ਗੁਣ ਸੁਣ ਲਓ ਕਿੱਦਾਂ ਲਿੱਤੇ ਜਾਂਦੇ ਆ, ਇਹ ਵੀ ਤੁਹਾਨੂੰ ਮੈਂ ਟੱਪਾ ਦੱਸਦਾ। ਦੇਖੋ ਮੈਂ ਮਾਲਵੇ 'ਚ ਜਾਂਦਾ ਸੀਗਾ, ਬੜੇ ਬੜੇ ਉਸਤਾਦ ਆਉਂਦੇ ਸੀਗੇ, ਬਾਜ਼ੀਆਂ ਉਡਾਉਂਦਾ ਸੀਗਾ ਮੈਂ। ਮੇਰਾ ਉਸਤਾਦ ਕਰਮ ਸਿੰਘ ਆ, ਸਰਦਾਰ ਕਰਮ ਸਿੰਘ, ਜਿਹਨਾਂ ਕੋਲ ਮੈਂ ਸਭ ਕੁਛ ਸਿੱਖਿਆ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਮੈਨੂੰ ਬਾਹਰੋਂ ਕਬੂਤਰਬਾਜ਼ੀ ਵੀ ਸਿੱਖਣੀ ਪਈ। ਉਸਤਾਦਾਂ ਕੋਲ ਸਭ ਕੁਛ ਨਹੀਂ ਮਿਲਦਾ ਇੱਕ। ਠੀਕ ਹੈ ਜੀ। ਕਬੂਤਰਬਾਜ਼ੀ ਬਾਹਰੋਂ ਉਸਤਾਦਾਂ ਕੋਲ ਬਹਿ ਕੇ ਸਿੱਖੀ ਦੀ ਆ। ਹੁਣ ਮੈਂ ਇੱਥੇ ਅਜੇ ਇੰਨੀ ਮਹਿਫਲ 'ਚ ਬੈਠਾ ਹਾਂ, ਇੱਥੇ ਵਿੱਚ ਬਜ਼ੁਰਗ ਆਏ ਆ, ਮੇਰੀਆਂ ਗੱਲਾਂ ਚੱਲਦੀਆਂ, ਅਤੇ ਉਹ ਬਜ਼ੁਰਗਾਂ ਕੋਲ ਮੈਂ ਗੱਲਾਂ ਕਈ ਨੋਟ ਕਰ ਜਾਣੀਆਂ ਭਾਅ ਜੀ। ਸਹੀ ਹੈ ਜੀ। ਉਹਨਾਂ ਨੇ ਪਾਏ ਦੀਆਂ ਗੱਲਾਂ ਇੱਦਾਂ ਦੀ ਦੱਸੀਆਂ, ਉਹ ਕਿਸੇ ਨੂੰ ਨਹੀਂ ਪਤਾ ਵੀ ਇਹ ਗੱਲਾਂ ਨੋਟ ਕਰਦਾ ਪਿਆ ਮੈਂ, ਉਹ ਸਾਰੀਆਂ ਗੱਲਾਂ ਮੈਂ ਉਹਦੀਆਂ ਲੈ ਜਾਣੀਆਂ ਨਿਚੋੜ ਕੇ, ਉਹਦੇ ਵਿੱਚੋਂ ਮੈਂ ਨੁਕਤਾ ਤਿਆਰ ਕਰ ਲੈਣਾ ਵੀ ਜਿਹੜੀ ਆਪਣੇ ਕੰਮ ਦੀ ਗੱਲ ਆ ਉਹ ਲਿਖ ਲੈਣੀ ਆ, ਜਿਹੜੀ ਦੂਜੀ ਆ ਉਹ ਛੱਡ ਦੇਣੀ ਆਪਾਂ। ਛੱਡ ਦੇਣੀ ਹੈ, ਛੱਡ ਦੇਣੀ। ਹੁਣ ਮੈਂ ਤੁਹਾਨੂੰ ਦੱਸਾਂ, ਮੈਂ ਮਾਲਵੇ 'ਚ ਜਾਂਦਾ ਸੀਗਾ, ਮਾਲਵੇ 'ਚ ਮੈਂ ਫੇਮਸ ਨਹੀਂ ਸੀਗਾ ਉਦੋਂ। ਠੀਕ ਹੈ ਜੀ। ਉਦੋਂ ਵਿੱਚ ਮੈਂ ਮਹਿਫਲ 'ਤੇ ਬੈਠਾ ਹੋਇਆ ਵਾਂ ਜੀ, ਅਤੇ ਉੱਥੇ ਕਹਿੰਦੇ ਇੱਕ ਸਰਵਨ ਸਿੰਘ ਆ ਜਲੰਧਰ ਦਾ ਉਸਤਾਦ, ਬੜਾ ਮਸ਼ਹੂਰ ਆ ਜੀ, ਉਹ ਮੈਂ ਸੋਚਦਾ ਮੈਂ ਉਦੋਂ ਕੈਬ ਪਾਈ ਸੀ ਭਾਈ, ਸਿੱਧੀ ਗੱਲ ਸਰ। ਠੀਕ ਹੈ ਜੀ। ਕੈਬ 'ਚ ਮੈਨੂੰ ਕੋਈ ਪਛਾਣਿਆ ਉਦੋਂ, ਯਾਨੀ ਕਿ ਤੁਸੀਂ ਉਦੋਂ ਪਗੜੀ ਨਹੀਂ ਬੰਨੀ ਸੀ? ਨਹੀਂ, ਉਹ ਪਗੜੀ ਨਹੀਂ ਬੰਨੀ ਸੀ, ਕੈਬ ਪਾਈ ਹੋਈ ਸੀਗੀ, ਅਤੇ ਵਿੱਚੋਂ ਉਸਤਾਦ ਬੋਲਿਆ ਇੱਕ ਮਾਲਵੇ ਦਾ ਜੀ, ਕਹਿੰਦਾ ਯਾਰ ਉਹ ਨਿਆਣਾ ਜਿਹਾ ਵਾ, ਉਹ ਇੰਨਾ ਨਾ ਕਰਾ ਕੇ ਬਹਿ ਗਿਆ,
ਕਹਿੰਦਾ ਉਸਤਾਦ ਜੀ ਮੈਂ ਤਾਂ ਮੰਨੂਗਾ ਤੁਹਾਨੂੰ, ਤੁਸੀਂ ਉਸਤਾਦ ਤਾਂ ਬਹੁਤ ਤਗੜੇ ਹੈ, ਅਤੇ ਜੇ ਕਬੂਤਰੀ ਦੇ ਕਬੂਤਰ ਦੇ ਵਿੱਚ ਬੁੱਤ ਕਿਉਂ ਨਹੀਂ ਪੈਂਦਾ ਅੰਡੇ 'ਤੇ? ਠੀਕ ਹੈ ਜੀ। ਅੰਡੇ ਖਾਲੀ ਧੜਦਾ। ਮੈਂ ਕਿਹਾ ਉਸਤਾਦ ਜੀ ਇਹ ਨੁਕਤਾ ਹੀ ਬਹੁਤ ਸੌਖਾ ਵਾ, ਮੈਂ ਦੱਸ ਨਹੀਂ ਸਕਦਾ, ਪਰ ਹੁਣ ਵੀ ਨਹੀਂ ਦੱਸੂਗਾ ਤੁਹਾਨੂੰ ਮੈਂ। ਠੀਕ ਹੈ ਜੀ। ਪਰ ਤੁਸੀਂ ਯੂਟਿਊਬ 'ਤੇ ਸਰਚ ਕਰੋਗੇ ਨੁਕਤਾ ਸਾਰਾ ਮਿਲ ਜੂਗਾ ਮੇਰਾ। ਠੀਕ ਹੈ ਜੀ। ਕਿਹੜੀ ਕਬੂਤਰ ਆ ਜਿਹੜਾ ਨਹੀਂ ਬੁੱਤ ਪਾਉਂਦਾ, ਉਹਦਾ ਮੇਰਾ ਚੈਲੇਂਜ ਆ, ਮੈਂ ਬੁੱਤ ਪਵਾਉਂਦਾ। ਠੀਕ ਹੈ ਜੀ। ਮੈਂ ਉਹਨਾਂ ਨੂੰ ਦੱਸੀਆਂ, ਬਾਹਰ ਬਜ਼ੁਰਗਾਂ ਨੂੰ ਬੁਲਾ ਕੇ ਗੱਲਾਂ ਕੀਤੀਆਂ, ਜੰਟੇ ਭਾਅ ਜੀ ਬੈਠੇ ਸੀਗੇ, ਹੋਰ ਵੀ ਉਸਤਾਦ ਬੈਠੇ, ਬੜੇ ਉਸਤਾਦ ਬੈਠੇ ਹੋਏ ਸੀਗੇ, ਭਾਈ ਜੰਟ ਆਲਮ ਵਾਲਾ, ਆਲਮ ਵਾਲਾ। ਠੀਕ ਹੈ। ਆਪਣੇ ਮਨਮੋਹਨ ਸਿੰਘ ਬਾਦਲ ਉਹਨਾਂ ਦੇ ਬੈਠੇ ਹੋਏ ਸੀਗੇ, ਉਦੋਂ ਮੈਂ ਜਦੋਂ ਜਾਂਦਾ ਸੀ ਕਬੂਤਰ ਭਾਈ, ਉਹ ਬੜੇ ਬੜੇ ਉਸਤਾਦ ਬਹਿੰਦੇ ਸੀਗੇ, ਅਤੇ ਉਹਨਾਂ ਨੂੰ ਮੈਂ ਦੱਸਿਆ ਜੀ ਉਹਨੂੰ ਜਾ ਕੇ ਬੰਦੇ ਨੂੰ, ਉਹ ਬੰਦੇ ਦਾ ਮੈਨੂੰ ਨਾ ਦੋ ਹਫ਼ਤਿਆਂ ਬਾਅਦ ਫੋਨ ਆ ਗਿਆ, ਕਹਿੰਦਾ ਯਾਰ ਕਬੂਤਰੀ ਦੇ ਬੱਚੇ ਕੱਢਦੇ ਉਹਨੇ ਅੰਡਿਆਂ 'ਚੋਂ। ਠੀਕ ਹੈ ਜੀ। ਦੋ ਹਫ਼ਤਿਆਂ ਬਾਅਦ ਅੰਡਿਆਂ ਦੇ ਬੱਚੇ ਬਣ ਗਏ, ਉਹਦੇ ਦੇਖੇ ਲਾ ਕੇ ਬੱਚੇ, ਉਹ ਹਿੱਲੇ ਨਹੀਂ ਅੰਡਾ, ਉਹ ਬੱਚਾ ਬਣ ਗਿਆ। ਠੀਕ ਹੈ ਜੀ। ਕਹਿੰਦਾ ਉਸਤਾਦ ਜੀ ਮੈਂ ਮੰਨ ਗਿਆ ਤੁਹਾਨੂੰ। ਮੈਂ ਕਿੱਦਾਂ ਮੰਨ ਗਿਆ? ਕਹਿੰਦਾ ਬੁੱਤ ਪੈ ਗਿਆ, ਹੋਰ ਕਿਸ ਤੋਂ ਵੱਡਾ ਮੰਨਾ ਮੈਂ? ਠੀਕ ਹੈ ਜੀ। ਇੱਦਾਂ ਦੇ ਉਸਤਾਦ ਚਾਹੀਦੇ ਆ। ਕਹਿੰਦਾ ਜੇ ਲੋਕੀ ਕਹਿੰਦਾ ਬੜੇ ਬੜੇ ਉਸਤਾਦਾਂ ਨੂੰ ਮੈਂ ਪੁੱਛਿਆ, ਪਰ ਮੈਨੂੰ ਕਿਸੇ ਨੇ ਕੋਈ ਪੱਲੇ ਨਹੀਂ ਪਾਇਆ, ਪਰ ਤੁਹਾਡੇ ਕੋਲ ਪੱਲੇ ਪੈ ਗਿਆ। ਠੀਕ ਹੈ ਜੀ। ਅਤੇ ਕਹਿੰਦਾ ਮੈਂ ਤੂੰ ਕੀ ਚਾਹੁੰਦਾ? ਠੀਕ ਹੈ ਜੀ। ਮੈਂ ਕਿਹਾ ਤੇ ਤੁਹਾਨੂੰ ਮੈਂ ਦੱਸਦਾ, ਤੁਸੀਂ ਮੈਨੂੰ ਦੱਸੋ ਕੁਛ ਜੀ, ਉਸਤਾਦ ਐਡੇ ਵੱਡੇ। ਮੈਂ ਕਿਹਾ ਇੱਕ ਪਾਣੀ ਠੰਡਾ ਦੱਸ ਦਿਓ ਜੀ, ਮੈਨੂੰ ਵੀ ਲਾਲਚ ਸੀਗੀ। ਸਹੀ ਗੱਲ ਹੈ ਜੀ, ਲਾਲਚ ਬੰਦੇ ਨੂੰ, ਉਹ ਬੰਦੇ ਨੇ ਮੈਨੂੰ ਠੰਡਾ ਪਾਣੀ ਦੱਸਤਾ ਜੀ ਜੀ। ਮੈਂ ਭਾਅ ਜੀ ਹਲੇ ਤੱਕ ਉਹ ਠੰਡਾ ਪਾਣੀ ਮੇਰਾ ਚੱਲਦਾ ਵਾ, ਕਬੂਤਰ ਰਾਤ ਨੂੰ ਵੀ ਬਹਿੰਦੇ ਆ, 7-8 ਵਜੇ ਤੋਂ ਪਹਿਲਾਂ, 9 ਵਜੇ ਤੋਂ ਪਹਿਲਾਂ ਬਹਿੰਦੇ ਹੀ ਨਹੀਂ ਗੇ। ਠੀਕ ਹੈ ਜੀ। ਅਤੇ ਉਹ ਪਰਮਾਤਮਾ ਨੇ ਦੇਖੋ ਨੁਕਤੇਬਾਜੀ ਬਾਹਰਲੇ ਉਸਤਾਦਾਂ ਕੋਈ ਸਿੱਖੀ, ਆਪਣੇ ਉਸਤਾਦ ਕੋਈ ਵੀ ਸਿੱਖੀ, ਕਬੂਤਰ ਬਾਈ ਇੱਦਾਂ ਨਹੀਂ ਸਿੱਖੀ ਜਾਂਦੀ, ਇੱਕੋ ਉਸਤਾਦ ਕੋਲ ਸਿੱਖ ਲਈ ਹੈ। ਉਸਤਾਦ ਬਣਾਓ ਪਰ ਉਹਦੀ ਇੱਜ਼ਤ ਕਰੋ, ਜਿੰਨਾ ਇੱਜ਼ਤ ਮਾਣ ਕਰੂੰਗੇ ਤਾਂ ਸਭ ਕੁਛ ਸਿੱਖੂਗੇ। ਤੁਹਾਡਾ ਕਹਿਣ ਦਾ ਮਤਲਬ ਵੀ ਕਬੂਤਰਬਾਜੀ ਵਿੱਚ ਵੀ ਧੱਕੇ ਖਾਣੇ ਪੈਂਦੇ ਆ? ਖਾਣੇ ਪੈਂਦੇ, ਬਹੁਤ ਖਾਣੇ ਪੈਂਦੇ ਧੱਕੇ ਜੀ, ਇੰਨੇ ਕੁ ਧੱਕੇ ਜ਼ਿੰਦਗੀ 'ਚ ਖਾਂਦਾ ਬੰਦਾ, ਫਿਰ ਜੀ ਕਬੂਤਰਬਾਜੀ ਸਿੱਖਦਾ ਬੰਦਾ। ਠੀਕ ਹੈ ਜੀ। ਕਬੂਤਰਬਾਜੀ ਉੱਦਾਂ ਨਹੀਂ ਸਿੱਖੀ ਜਾਂਦੀ, ਮੈਂ ਤੁਹਾਨੂੰ ਦੱਸਦਾ। ਠੀਕ ਹੈ। ਵੀ ਅੱਜ ਮੈਂ ਉਸਤਾਦ ਧਾਰ ਲਿਆ ਵੀ ਸਭ ਕੁਛ ਧੁੱਕੋ ਮਿਲ ਜਾਣਾ, ਉਸਤਾਦ ਨੇ ਤੁਹਾਨੂੰ ਨਾ ਪਤਾ ਨਹੀਂ ਕਿੰਨੇ ਸਾਲ ਘੁਮਾਉਣਾ। ਸਹੀ ਗੱਲ ਹੈ ਜੀ। ਮੈਂ ਕਹਿੰਦਾ ਘੁਮਾਉਂਦੇ ਘੁਮਾਉਂਦੇ ਤੁਹਾਡੀਆਂ ਜੁੱਤੀਆਂ ਘਸ ਜਾਣੀਆਂ, ਅਤੇ ਉਹਨੇ ਪੱਲੇ ਤੁਹਾਡੇ ਕੱਖ ਨਹੀਂ ਪਾਉਣਾ। ਇਹ ਸੁਣ ਲਓ ਮੇਰੀ ਗੱਲ, ਮੈਂ ਤੁਹਾਡੇ ਚੈਨਲ 'ਤੇ ਦੱਸਦਾ ਪਿਆ, ਅੱਜ ਕੱਲ੍ਹ ਉਸਤਾਦ ਬਹੁਤ ਦੁਨੀਆਂ 'ਚ ਬਹੁਤ ਨਹੀਂ, ਅਤੇ ਉਸਤਾਦ ਦੀ ਕਹਿੰਦੇ ਨਾ ਉਸਤਾਦ ਦੀ ਸਭ ਤੋਂ ਵੱਡੀ ਹੈ ਇੱਜ਼ਤ ਕਰੋ, ਫਿਰ ਉਸਤਾਦ ਤੁਹਾਨੂੰ ਸਭ ਕੁਝ ਦੇ ਜੂਗਾ। ਠੀਕ ਹੈ ਜੀ। ਅਤੇ ਬਾਕੀ ਮੇਰੇ ਕੋਲ ਹੋਰ ਕੋਈ ਗੱਲ ਪੁੱਛੀ ਪੁੱਛੋ? ਅਤੇ ਬਾਈ ਜੀ ਨਾਲ ਹੋਰ ਗੱਲਬਾਤ ਕਰਦੇ ਅੱਗੇ ਆਪਾਂ, ਬਾਈ ਜਿਹੜੇ ਅੱਜ ਆਪਾਂ ਉਸਤਾਦ ਦੀ ਸਿਖਰਦੀ ਕਰਨੀ ਆ, ਹਾਂਜੀ, ਇਹਦਾ ਮੇਨ ਕਾਰਨ ਕੀ ਆ ਵੀ ਇੱਥੇ ਗੁਰਦੁਆਰਾ ਸਾਹਿਬ ਜੀ ਕਿਉਂ ਰੱਖੀ ਹੈ? ਦੇਖੋ ਜੀ, ਇੱਕ ਧਾਰਮਿਕ ਜਗ੍ਹਾ 'ਤੇ ਰੱਖੀ ਆ, ਸ਼ਗਿਰਦ ਆਪਣਾ ਕਦੇ ਗਰਦਾਰੀ ਨਾ ਕਰੇ। ਠੀਕ ਹੈ ਜੀ। ਪਰਮਾਤਮਾ ਦੇ ਚਰਨਾਂ ਦੇ, ਪਰਮਾਤਮਾ ਦਾ ਓੜਾਸਰਾ ਲਿਆ, ਉਹ ਓੜਾਸਰਾ ਲਿਆ, ਉਹ ਸਾਡਾ ਚੇਲਾ ਬਣ ਕੇ ਰਹੂੰਗਾ ਸਾਰੀ ਜ਼ਿੰਦਗੀ, ਉਹ ਗਰਦਾਰੀ ਨਹੀਂ ਕਰੂੰਗਾ। ਠੀਕ ਹੈ ਜੀ। ਜੇ ਉਹ ਗਰਦਾਰੀ ਕਰ ਗਿਆ ਤਾਂ ਉਹ ਪਰਮਾਤਮਾ ਹੀ ਉਹਨੂੰ ਬਖਸ਼ੂਗਾ। ਠੀਕ ਹੈ ਜੀ। ਮੈਂ ਤਾਂ ਨਹੀਂ ਬਖਸ਼ੂਗਾ ਨਾ, ਪਰਮਾਤਮਾ ਨਹੀਂ ਬਖਸ਼ੂਗਾ, ਪਰਮਾਤਮਾ ਬਖਸ਼ੂਗਾ ਜੀ। ਜੀ ਜੀ। ਮੈਂ ਇਹੀ ਕਹਿੰਦਾ ਜੇ ਤੁਸੀਂ ਧਾਰਮਿਕ ਜਗ੍ਹਾ 'ਤੇ ਬੈਠੇ ਆ, ਜਾਂ ਪਰਮਾਤਮਾ ਤੋਂ ਡਰਦੇ ਆ ਜੀ ਜੀ, ਅਤੇ ਉਹਦੇ ਕੋਲ ਡਰ ਕੇ ਕਰ ਰਹੇ ਹਾਂ ਜੀ ਜੀ, ਉਸਤਾਦੀ ਸ਼ਗਿਰਦੀ ਹੋਣੀ ਲਾਜ਼ਮੀ ਆ। ਹਾਂਜੀ। ਹਰ ਜਗ੍ਹਾ ਸਾਡੇ ਕਾਨੂੰਨਾਂ 'ਚ ਬਣਿਆ, ਪਰ ਕੋਈ ਜਿਹੜਾ ਵੀ ਆ, ਕੋਈ ਵੀ ਗੁਰੂ ਧਾਰਦਾ ਉਹਨੂੰ ਗੁਰੂ ਬਣਾਉਣਾ ਪੈਂਦਾ ਜੀ ਜੀ, ਗੁਰੂ ਬਣਾ ਕੇ ਸਭ ਕੁਛ ਸਿੱਖਿਆ ਜਾਂਦਾ, ਕਿਸੇ ਕੰਮ 'ਚ ਵੀ ਲਓ ਗੁਰੂ ਬਣਾਉਣਾ ਲਾਜ਼ਮੀ ਹੈ। ਠੀਕ ਹੈ ਜੀ। ਆਪਣੇ ਉਸਤਾਦ ਕੋਲ ਕਿੰਨੀਆਂ ਪੱਗਾਂ ਆਉਂਦੀਆਂ ਨੇ ਜੀ, ਜਿਹੜਾ ਮੇਨ ਆਪਣਾ ਮੇਨ ਉਸਤਾਦ ਉਹਦੇ ਕੋਲ ਕਿੰਨੀਆਂ ਪੱਗਾਂ ਆਉਂਦੀਆਂ? ਨਹੀਂ ਜੀ, ਜਿੱਦਾਂ ਮੈਂ ਉਸਤਾਦ ਹਾਂ, ਹਾਂਜੀ, ਮੈਂ ਆਪਣੇ ਚੇਲਿਆਂ ਨੂੰ 5 ਪੱਗਾਂ ਦੇ ਚੁੱਕਾ ਹਾਂ। ਹਾਂਜੀ। ਜਿਹੜੇ ਮੇਰਾ ਦੱਸਾਂ ਕੀ ਗੱਲ ਆ ਭਾਅ ਜੀ, ਪਹਿਲਾਂ ਮੇਰੀ ਗੱਲ ਸੁਣੋ, ਮੇਰੇ ਆਲ ਵਰਲਡ 'ਚ ਚੇਲੇ ਆ ਜੀ, ਅਮੈਰੀਕਾ, ਕਨੇਡਾ, ਇੰਡੀਆ 'ਚ ਤਾਂ ਪੁੱਛੋ ਹੀ ਨਾ, ਅਤੇ ਮੈਂ ਹਰ ਜਗ੍ਹਾ ਪੱਗ ਦਿੰਦਾ ਵਾਂ। ਨਹੀਂ ਨਹੀਂ, ਮੇਰਾ ਕਹਿਣ ਦਾ ਮਤਲਬ ਇਹ ਵੀ ਉਸਤਾਦ ਕੋਲ ਕਿੰਨੀਆਂ ਪੱਗਾਂ ਹੁੰਦੀਆਂ ਨੇ ਜੀ? ਉਸਤਾਦ ਜਿਹੜਾ ਪੱਗਾਂ ਦੇ ਸਕਦਾ, ਉਸਤਾਦ ਲੈ ਸਕਦਾ? ਉਸਤਾਦ 3 ਪੱਗਾਂ ਜਿਸ ਤਰ੍ਹਾਂ 3 ਪੱਗਾਂ ਹੁੰਦੀਆਂ, ਜਿਸ ਤਰ੍ਹਾਂ ਬਾਹਰ ਜਿਸ ਤਰ੍ਹਾਂ ਆਪਾਂ ਆਊਟਸਾਈਡ ਆ, ਹਾਂਜੀ, ਆਪਾਂ ਬਾਹਰ ਜਿਸ ਤਰ੍ਹਾਂ ਕਲਕੱਤਾ, ਮਹਾਰਾਸ਼ਟਰ ਹੋ ਗਿਆ, ਉੱਧਰ ਜਿਹੜੀਆਂ ਉੱਧਰ ਦੀਆਂ ਪੱਗਾਂ ਉੱਧਰ ਹੀ ਰਹਿਣਗੀਆਂ, ਉਸਤਾਦ 3 ਪੱਗਾਂ ਦੇ ਸਕਦਾ, ਇੱਕ ਬਾਹਰ ਦੀ, 2 ਇੱਥੋਂ ਦੀਆਂ। ਭਾਅ ਜੀ ਇੱਕ ਜ਼ਿਲ੍ਹੇ 'ਚ ਨਾ ਉੱਦਾਂ 3 ਦਿੱਤੀਆਂ ਜਾਂਦੀਆਂ, ਜਿਹੜਾ ਵੱਡਾ ਉਸਤਾਦ ਆ ਉਹ ਉਹਦੀ ਮਰਜ਼ੀ ਆ, 5 ਵੀ ਦੇ ਸਕਦਾ। ਠੀਕ ਹੈ ਜੀ, ਮੇਰੀ ਗੱਲ ਪੁੱਛਾਂ ਪੁੱਛੋ। ਭਾਅ ਜੀ ਬਹੁਤ ਧੰਨਵਾਦ ਜੀ, ਤੁਹਾਡੇ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ, ਅਤੇ ਹੁਣ ਆਪਾਂ ਕਰਦੇ ਹਾਂ ਉਸਤਾਦੀ ਸਿਖਰ ਦੀ ਰਸਮ ਜੀ। ਸਾਰੇ ਮੇਰੇ ਕਬੂਤਰ ਖੜਾਈਆਂ, ਸਤਿ ਸ਼੍ਰੀ ਅਕਾਲ। Thank you.